ਵੀਰੋ ਸਤਿ ਸ਼੍ਰੀ ਅਕਾਲ ਜੀ, ਮੈਂ ਚਰਨਜੀਤ ਸਵਾਗਤ ਕਰਦਾ ਸਾਰਿਆਂ ਦਾ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਵਿਖਾਉਂਦੇ ਹਾਂ 11 ਕਲਟੀਵੇਟਰ ਟੌਪ ਮਾਡਲ ਦੇ ਵਿੱਚ ਸੁਪਰ ਡੀਲਕਸ ਮਾਡਲ, ਔਰ ਨਾਲ ਹੀ 8-8 ਦੀਆਂ ਹੈਰੋਆਂ ਟੌਪ ਮਾਡਲ ਦੇ ਵਿੱਚ ਵਿਦਆਊਟ ਜੈਕ। ਬਾਕੀ ਸਾਰਾ ਏ ਟੂ ਜੈਡ ਟੌਪ ਮਾਡਲ ਹੀ ਆ, ਬਸ ਬਿਨਾਂ ਪੰਪ ਤੋਂ ਆ, ਅਤੇ 12 ਫੁੱਟ ਸੁਹਾਗਾ ਨਾਲ ਹੀ। ਇਹ ਤਿੰਨੇ ਚੀਜ਼ਾਂ ਫਾਰਮ ਟਰੈਕ 45 ਟਰੈਕਟਰ ਦੇ ਲਈ ਬਣੀਆਂ ਨੇ। ਬਸ ਜਾਣੀਆਂ ਅਲੱਗ ਅਲੱਗ ਨੇ, ਇਹ ਤਵੀਆਂ ਹੁਸ਼ਿਆਰਪੁਰ ਜਾਣੀਆਂ ਨੇ, ਅਤੇ 11 ਕਲਟੀਵੇਟਰ ਅਤੇ ਸੁਹਾਗਾ ਯਮੁਨਾ ਨਗਰ ਜਾਣੇ ਆ। ਠੀਕ ਹੈ ਜੀ, ਕਲਟੀਵੇਟਰ ਦੇ ਵਿੱਚ ਆਪਣਾ ਟੌਪ ਮਾਡਲ ਦੇ ਵਿੱਚ ਬਾਲਾ 80x80 ਦਾ ਲੱਗਿਆ ਜੀ, 10.5 ਇੰਚੀ ਆਪਣੀ, ਔਰ ਏ ਟੂ ਜੈਡ ਜਿੰਨੇ ਪਾਰਟ ਸਾਰੇ ਲੇਜ਼ਰ ਕਟਿੰਗ ਦੇ ਵਿੱਚ ਲੱਗੇ ਆ ਗਏ। ਇੱਕ ਨਵੀਂ ਲੁੱਕ ਦਿੰਦੀ ਹੈ, ਇਸ ਵਾਰ ਆਪਾਂ ਜਾਲੀ ਸਟਾਰਟ ਕੀਤੀ ਹੈ, ਵਿੱਚ ਵੱਖਰੀ ਜਿਹੀ ਲੁੱਕ ਦਿੰਦੀ ਆ, ਤੁਸੀਂ ਕਿਤੇ ਵੀ ਨਹੀਂ ਦੇਖੀ ਹੋਣੀ ਹੈ ਜੀ। ਬਾਕੀ ਲੇਜ਼ਰ ਕਟਿੰਗ ਸਾਰਾ ਕੰਮ ਤਕਰੀਬਨ ਹੋਇਆ ਹੁੰਦਾ, ਇਹਦੇ ਵਿੱਚ ਫਾਲੇ ਆਪਣੇ ਸਪੈਸ਼ਲੀ ਕਮਾਣੀ ਦੇ ਹੁੰਦੇ ਹੈਗੇ, ਉਹ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਉਂਦੇ ਹਾਂ। ਅਤੇ ਫਰੰਟ 'ਤੇ ਹਿੱਚ ਆ ਜਿਹੜੀ ਟੌਪ ਲਿੰਕ ਰੋਟਾਵੇਟਰ ਟਾਈਪ ਪੈਂਦੀ ਹੈ, ਜ਼ਿਆਦਾ ਹੈਵੀ ਹੋਣ ਕਰਕੇ ਇਹ ਸੇਫ ਰਹਿੰਦਾ ਇੱਥੇ। ਬੈਕ 'ਤੇ ਇਹਦੇ ਕੁੰਡੇ ਵੀ ਲੱਗੇ ਆ ਸੁਹਾਗੇ ਲਈ, ਅਤੇ ਹੁੱਕ ਵੀ ਲੱਗੀ ਆ, ਜੌਹਲ ਸਰਨੇਮ ਲੋਗੋ ਵੀਰਾਂ ਨੇ ਲਗਵਾਇਆ ਸੀਗਾ। ਐਮੀ ਸੁਹਾਗਾ ਇਹ 12 ਫੁੱਟ ਦਾ, ਅਤੇ ਇਹਦੇ ਵਿੱਚ ਲੱਕੜ ਕਿੱਕਰ ਦੀ ਆ ਜੀ, 10 ਇੰਚ ਹਾਈਟ ਹੈ ਇਹਦੀ, 3.5 ਇੰਚ ਬਲੋਕ ਦੀ ਇਹਦਾ ਸਾਈਜ਼ ਹੈਗਾ। ਬਾਕੀ ਚਲਾਈ ਤੁਸੀਂ ਚੈੱਕ ਕਰ ਲਿਓ, ਮੈਂ ਉੱਪਰ ਮੈਂਸ਼ਨ ਪਾ ਦੂੰ, ਆਈ ਬਟਨ ਦੇ ਵਿੱਚ ਪਾ ਦੂੰ ਚੱਲਦੇ ਦਾ। ਸਫਾਈ ਲਾ ਲਓ ਵੀ, ਜਿਵੇਂ ਬਾਕੀ ਇਹਦੀ ਵੀ ਲੇਜ਼ਰ ਕਰਾ ਮਾਰੇ ਹੁੰਦੇ, ਸਫਾਈ ਲੈ ਕੇ ਆਊਗਾ। ਟਾਇਰ ਪਿੱਛੇ ਇਹਦੇ ਬਿਨਾਂ ਟਿਊਬ ਤੋਂ ਹੁੰਦੇ ਹੈਗੇ, ਆ ਲੀਵਰ ਆ ਗਿਆ ਹਿੱਸਾ ਲਾਉਣ ਵਾਲਾ, ਅਤੇ ਥੱਲੇ ਤੇ ਦੰਦ ਲੱਗਿਆ ਹੁੰਦਾ ਵੀ ਡਲੀ ਭੰਨੀ ਜਾਊਗਾ, ਲੱਕੜ ਨਹੀਂ ਖਰਾਬ ਹੋਊਗੀ। ਇੱਥੇ ਕੁੰਡੇ ਪੈ ਜਾਣੇ, ਇੱਧਰੋਂ ਕੱਢ ਕੇ ਚਾਹੇ ਕੁੰਡੇ ਉੱਧਰ ਪਾ ਲਓ ਤੁਸੀਂ, ਟਰੈਕਟਰ ਘੁਮਾਉਣ ਦੀ ਲੋੜ ਨਹੀਂ। ਹੁਣ ਆ ਗਿਆ ਆਪਣੀ ਹੈਰੋਂ 8-8 ਦੀਆਂ ਜੀ, ਇਹਦੇ ਵਿੱਚ ਵੀਰਾਂ ਨੇ ਡਬਲ ਹੁੱਕ ਲਵਾਈ ਆ, ਹੁੱਕ 'ਚ ਵੀ ਚੱਲਣਗੀਆਂ ਇਹ, ਡਰਾਵਲ 'ਚ ਵੀ ਚੱਲਣਗੀਆਂ। ਹੁੱਕ ਅਡਜਸਟੇਬਲ ਆ ਗਈ, ਤੁਸੀਂ ਟਰੈਕਟਰ ਨੂੰ ਖਾਲੀ 'ਚ ਰੱਖਣਾ, ਖਾਲੀ ਤੋਂ ਬਾਹਰ ਰੱਖਣਾ, ਇੱਥੋਂ ਹੁੱਕ ਨੂੰ ਆਹ ਇੱਕ ਪਿੰਨ ਕੱਢ ਕੇ ਆਊਟ ਕਰ ਸਕਦੇ ਹੋ, ਜਿੱਧਰ ਮਰਜ਼ੀ ਵੱਟ ਲਓ ਟਰੈਕਟਰ ਖਾਲੀ 'ਚ ਹੋ ਜੂ, ਖਾਲੀ ਤੋਂ ਬਾਹਰ ਹੋ ਜੂਗਾ। ਮੇਨ ਪਾਈਪ ਇਹਦਾ 100x100 ਦਾ ਲੱਗਿਆ, ਤੁਸੀਂ ਵੱਧ ਲਵਾਉਣਾ ਜਾਂ ਘੱਟ ਲਵਾਉਣਾ ਵੀ ਲਵਾ ਸਕਦੇ ਹੋ, ਵੈਸੇ ਸਟੈਂਡਰਡ ਸਾਈਜ਼ ਆ। ਆਪਣੇ 2 ਮਾਡਲ ਨੇ ਇਹਦੇ ਵਿੱਚ, ਇੱਕ ਥੋੜ੍ਹਾ ਜਿਹਾ ਕਬਜ਼ਾ ਬੰਦਾ ਆਪਣਾ ਨੇੜੇ ਚੱਲਦਾ ਗਾ, ਜਿਹੜਾ ਤੁਹਾਨੂੰ ਨਵਾਂ ਆਪਾਂ ਬਣਾਇਆ ਗਾ, ਉਹ ਆਪਾਂ ਆਪਣੀ ਚੋਇਸ ਆ ਤੁਹਾਡੀ, ਇਹ ਜਿਵੇਂ ਆਪਣਾ ਪਹਿਲਾਂ ਸਾਈਜ਼ ਚੱਲਦਾ ਸੀਗਾ। ਬੈਰਿੰਗ ਆਪਣੇ ਹੈਵੀ ਡਿਊਟੀ ਆ ਗਏ ਜੀ, 9 ਨੰਬਰ ਡਬਲ ਬੈਰਿੰਗ ਆ ਗਿਆ, ਤਵੇ ਦੇ ਵਿੱਚ ਹਿੱਪੋ ਦੇ ਪਾਇਆ, ਤੁਹਾਡੀ ਚੋਇਸ ਆ, ਡਬਲ ਗੈਂਡਾ ਵੀ ਚੱਲਦਾ, ਉਹ ਜਾਇਜ਼ਾ ਮਰਜ਼ੀ ਪਵਾ ਲਓ। ਬੈਕ 'ਤੇ ਰਿਫਲੈਕਟਰ ਆ ਗਏ ਦੋਨੋਂ ਸਾਈਡਾਂ 'ਤੇ, ਆਪਾਂ ਕਹਿ ਲਈਏ ਵੀ ਸੋਹਣਾ ਕੰਮ ਹੋਇਆ ਸਾਰਾ, ਇਕੱਲੀ ਇਕੱਲੀ ਚੀਜ਼ ਇਹ ਨਹੀਂ ਹੈਗਾ ਵੀ ਆਪਾਂ ਉਈ ਚਾਦਰ 'ਚੋਂ ਬਣਾ ਕੇ ਜਲਾਤੀ ਕੋਈ ਚੀਜ਼, ਹੈ ਨਾ, ਲੇਜ਼ਰ ਕਟਿੰਗ ਸਾਰੀ ਚੀਜ਼ ਲੱਗੀ ਆ, ਇਕੱਲੀ ਇਕੱਲੀ ਸਾਈਡ 'ਤੇ ਆਪਣੀ ਬੈਚਿੰਗ ਆ ਗਈ, ਠੋਸ ਇਹਦੇ ਹਿੱਸਾ ਲੱਗਿਆ ਹੈਗਾ, ਤੁਸੀਂ ਹਵਾ ਵਾਲਾ ਲਵਾਉਣਾ ਉਹ ਲਵਾ ਸਕਦੇ ਹੋ। ਬਾਕੀ ਦੂਜੀ ਗੱਲ ਵੀ ਜਿਹੜਾ ਉੱਥੋਂ ਪਾਈਪ ਕੱਢ ਕੇ ਆਪਾਂ ਹਿੱਸਾ ਲਾਉਣ ਵਾਲਾ ਸਿਸਟਮ ਪਹਿਲਾਂ ਵੀ ਵਿਖਾ ਚੁੱਕੇ ਹਾਂ ਆਪਾਂ, ਬੜਾ ਈਜ਼ੀ ਆ, ਸੌਖਾ ਹੈਗਾ, ਉਹ ਨਹੀਂ ਹੈਗਾ ਵੀ ਪਹਿਲਾਂ ਇੱਕ ਪਾਈਪ ਜਿਹਾ ਲਾ ਆਉਂਦੇ ਸੀਗੇ, ਜਿਵੇਂ ਆਪਾਂ ਕਹਿ ਦਈਏ ਸੁਹਾਗੇ 'ਚ ਲੱਗਿਆ, ਉਹਦੇ ਸਿਸਟਮ ਲੱਗਦਾ ਨਹੀਂ, ਤਾਂ ਕਰਕੇ ਆਪਾਂ ਇਹਦੇ ਲਾਇਆ। ਇੱਕ ਤਵਾ ਬਾਹਰ ਆ ਗਿਆ, ਇਹ ਤੁਸੀਂ ਅੰਦਰ ਰੱਖਣ, ਅੰਦਰ ਵੀ ਰਖਾ ਸਕਦੇ ਹੋ, ਬਟ ਨਾ ਹੱਬ ਨਹੀਂ ਲੱਗੂਗੀ, ਹੱਬ ਇਹਦੀ ਅੰਦਰ ਆ ਦੇ ਵਿੱਚ ਆ ਗਈ। ਠੀਕ ਹੈ ਜੀ, ਬਾਕੀ ਵੀਰੋ ਇੱਦਾਂ ਹੀ ਕਮੈਂਟ ਕਰਿਆ ਕਰੋ ਕਿਵੇਂ ਲੱਗਦਾ ਕੰਮ ਆਪਣਾ, ਵੀਡੀਓ ਨੂੰ ਸ਼ੇਅਰ ਕਰ ਦਿਓ, ਵੀਡੀਓ ਨੂੰ ਲਾਈਕ ਵੀ ਕਰਿਓ। ਮਿਲਦੇ ਇੱਕ ਹੋਰ ਵੀਡੀਓ ਦੇ ਨਾਲ, ਨਵੇਂ ਤੋਂ ਨਵੇਂ ਇੰਪਲੀਮੈਂਟਾਂ ਨਾਲ। ਇਹ ਤਿੰਨੇ ਇੱਕੋ ਰੰਗ ਦੇ, ਇੱਕੋ ਟਰੈਕਟਰ ਲਈ ਹੁਣ ਬਣੇ ਸੀਗੇ, ਅਤੇ ਆਪਣਾ ਵੀ ਮਨ ਕਰਿਆ ਵੀ ਆਪਾਂ ਵੀਡੀਓ ਪਾ ਕੇ ਤੁਹਾਨੂੰ ਵਿਖਾਉਂਦੇ ਹਾਂਗੇ ਕਿਵੇਂ ਲੱਗਿਆ। ਕਰਦੇ ਸ਼ੇਅਰ ਵੀਡੀਓ 'ਤੇ ਕਮੈਂਟ ਕਰਕੇ ਦੱਸਿਓ ਜੀ। ਸਤਿ ਸ਼੍ਰੀ ਅਕਾਲ, ਰੱਬ ਰੱਖਾ।